ਹੈਲੋ ਫਰੈਂਡਸ, ਅੱਜ ਅਸੀਂ ਕਾਮਨ ਸਿੰਪਟਮਸ ਜੋ ਡਾਇਬਟੀਜ਼ ਮਲਾਈਟਿਸ ਦੇ ਹੁੰਦੇ ਆ ਉਹਨਾਂ ਬਾਰੇ ਗੱਲ ਕਰਾਂਗੇ। ਡਾਇਬਟੀਜ਼ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਬਹੁਤ ਕਾਮਨ ਹੈ ਔਰ ਇਸ ਨੂੰ ਡਾਇਗਨੋਜ਼ ਕਰਨ ਦੇ ਵਿੱਚ ਬਹੁਤੀ ਤਕਲੀਫ ਤਾਂ ਹੋਣੀ ਨਹੀਂ ਚਾਹੀਦੀ, ਪਰ ਬਹੁਤੇ ਲੋਕ ਹੈ ਜਿਹੜੇ ਕਿ ਇਹਨਾਂ ਸਿੰਪਟਮਸ ਨੂੰ ਇਗਨੋਰ ਕਰ ਦਿੰਦੇ ਆ ਔਰ ਉਹ ਆਪਣੀ ਬਿਮਾਰੀ ਤੋਂ ਕਾਫੀ ਦੇਰ ਤੱਕ ਇਲਾਜ ਦਾ ਫਾਇਦਾ ਨਹੀਂ ਉਠਾ ਸਕਦੇ। ਸੋ ਆਪਾਂ ਡਿਸਕਸ ਕਰਦੇ ਹਾਂ ਕਿ ਕਿਹੜੇ ਸਿੰਪਟਮਸ ਹੈ ਜਿਹੜੇ ਕਿ ਬਹੁਤ ਕਾਮਨ ਹੁੰਦੇ ਆ ਔਰ ਆਸਾਨੀ ਨਾਲ ਅਸੀਂ ਇਹ ਡਾਇਗਨੋਸ ਕਰ ਸਕਦੇ ਹਾਂ ਕਿ ਕਿਤੇ ਸਾਨੂੰ ਸ਼ੂਗਰ ਦੀ ਬਿਮਾਰੀ ਤਾਂ ਨਹੀਂ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਆਉਂਦਾ ਆ ਕਿ ਜਿਹੜੇ ਪੇਸ਼ੈਂਟਸ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਪਿਆਸ ਲੱਗਦੀ, ਜ਼ਰੂਰਤ ਤੋਂ ਜ਼ਿਆਦਾ ਪਿਆਸ ਲੱਗਦੀ ਹੈ, ਜਿਹਨੂੰ ਅਸੀਂ ਪੋਲੀਡਿਪਸੀਆ ਕਹਿੰਦੇ ਹੈਗੇ ਆ। ਕਿਉਂਕਿ ਜਦੋਂ ਬਲੱਡ ਸ਼ੂਗਰ ਜ਼ਿਆਦਾ ਵੱਧ ਜਾਂਦੀ ਹੈਗੀ ਆ ਤੇ ਉਹਦੇ ਨਾਲ ਫਿਰ ਜ਼ਿਆਦਾ ਪਾਣੀ ਪੀਣ ਦੀ ਸਾਨੂੰ ਜ਼ਰੂਰਤ ਹੁੰਦੀ ਆ, ਕਿਉਂਕਿ ਪਾਣੀ ਜਿਹੜਾ ਹੈਗਾ ਆ ਉਹ ਜ਼ਿਆਦਾ ਲੂਜ਼ ਹੁੰਦਾ ਹੈਗਾ ਆ ਸਾਡੀ ਬੋਡੀ ਦੇ ਵਿੱਚੋਂ। ਦੂਜੇ ਨੰਬਰ ਤੇ ਆ ਜਾਂਦਾ ਫ੍ਰੀਕੁਐਂਟ ਯੂਰੀਨੇਸ਼ਨ, ਜਿਹਦੇ ਨਾਲ ਕਿ ਸਾਨੂੰ ਬਾਰ ਬਾਰ ਪਿਸ਼ਾਬ ਆਉਂਦਾ ਹੈ, ਜਿਹਨੂੰ ਅਸੀਂ ਪੋਲੀਯੂਰੀਆ ਕਹਿੰਦੇ ਹੈਗੇ। ਇਹ ਸਪੈਸ਼ਲੀ ਰਾਤ ਦੇ ਵਕਤ ਜ਼ਿਆਦਾ ਹੁੰਦਾ ਆ, ਜਦੋਂ ਰਾਤ ਨੂੰ ਜ਼ਿਆਦਾ ਕਈ ਵਾਰੀ ਉੱਠਣਾ ਪੈਂਦਾ ਆ ਔਰ ਬਲੱਡ ਸ਼ੂਗਰ ਜਦੋਂ ਵੱਧ ਜਾਂਦਾ ਆ ਤੇ ਜਿਹੜੀ ਸਾਡੀ ਗੁਰਦੇ ਹੈਗੇ ਆ ਉਹਨਾਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਆ, ਤੇ ਕਿਉਂਕਿ ਉਹ ਜ਼ਿਆਦਾ ਪਾਣੀ ਜਿਹੜਾ ਸ਼ੂਗਰ ਦੀ ਵਜ੍ਹਾ ਕਰਕੇ ਬਾਹਰ ਨਿਕਲਣਾ ਹੁੰਦਾ ਉਹਨੂੰ ਰੀਅਬਜ਼ੋਰਬ ਨਹੀਂ ਕਰ ਸਕਦੇ। ਫਿਰ ਇਸੇ ਤਰੀਕੇ ਦੇ ਨਾਲ ਜ਼ਿਆਦਾ ਭੁੱਖ ਲੱਗਦੀ ਹੈ ਸ਼ੂਗਰ ਦੇ ਮਰੀਜ਼ ਨੂੰ, ਜ਼ਿਆਦਾ ਭੁੱਖ ਨੂੰ ਅਸੀਂ ਪੋਲੀਫੇਜੀਆ ਕਹਿੰਦੇ ਹੈਗੇ ਆ। ਜਦੋਂ ਮਰੀਜ਼ ਕੋਈ ਖੁਰਾਕ ਖਾ ਵੀ ਲੈਂਦਾ ਆ ਉਸ ਤੋਂ ਬਾਅਦ ਵੀ ਉਹ ਜ਼ਿਆਦਾ ਭੁੱਖ ਮਹਿਸੂਸ ਕਰਦਾ, ਹੰਗਰੀ ਮਹਿਸੂਸ ਕਰਦਾ ਹੈਗਾ ਆ ਔਰ ਜ਼ਿਆਦਾ ਜਲਦੀ ਜਲਦੀ ਉਹਨੂੰ ਖਾਣਾ ਦੀ ਭੁੱਖ ਲੱਗਦੀ ਹੈਗੀ ਆ, ਕਿਉਂਕਿ ਜਿਹੜੇ ਸਾਡੇ ਸੈੱਲ ਹੈ ਉਹਨਾਂ ਦੇ ਵਿੱਚ ਸ਼ੂਗਰ ਜਿਹੜੀ ਹੈਗੀ ਆ ਉਹ ਪਹੁੰਚਦੀ ਨਹੀਂ ਹੈ, ਤਾਂ ਸਾਡੇ ਜਿਹੜੇ ਸੈੱਲ ਟਿਸ਼ੂ ਸੈੱਲ ਹੈਗੇ ਆ ਉਹ ਹਮੇਸ਼ਾ ਹੀ ਭੁੱਖੇ ਰਹਿੰਦੇ ਹੈਗੇ। ਫਿਰ ਇਹਦਾ ਅਗਲਾ ਸਿੰਪਟਮ ਜਿਹੜਾ ਹੋ ਸਕਦਾ ਆ ਉਹ ਹੈ ਅਨਐਕਸਪਲੇਨਡ ਵੇਟ ਲਾਸ। ਇਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਸਾਡਾ ਅਸੀਂ ਖਾਣਾ ਖਾਂਦੇ ਹੈਗੇ ਆ ਉਹਦੇ ਨਾਲ ਉਹ ਸਾਨੂੰ ਸੈੱਲਾਂ ਤੱਕ ਪਹੁੰਚਦਾ ਨਹੀਂ ਹੈ, ਸਾਨੂੰ ਪੂਰੀ એનર્ਜੀ ਨਹੀਂ ਦਿੰਦਾ, ਉਹਦੇ ਨਾਲ ਫਿਰ ਸਾਡਾ ਜਿਹੜਾ ਵਜ਼ਨ ਹੈਗਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਆ। ਮਤਲਬ ਖਾਣਾ ਖਾਣ ਦੇ ਬਾਵਜੂਦ ਵੀ ਸਾਡਾ ਜਿਹੜਾ ਵਜ਼ਨ ਆ ਉਹ ਘਟਦਾ ਹੈ, ਕਿਉਂਕਿ ਅਸੀਂ ਜਿਹੜਾ ਗਲੂਕੋਜ਼ ਆ ਉਹਨੂੰ એનર્ਜੀ ਵਾਸਤੇ ਯੂਜ਼ ਨਹੀਂ ਕਰ ਸਕਦੇ, ਨਾ ਹੀ ਫੈਟ ਫੇ ਯੂਜ਼ ਕਰ ਸਕਦੇ ਆ ਤੇ ਨਾ ਫਿਰ ਮਸਲ ਸਾਡੇ ਜਿਹੜੇ ਹੈਗੇ ਆ ਉਹ ਯੂਜ਼ ਹੁੰਦੇ ਆ। ਸਭ ਤੋਂ ਪਹਿਲਾਂ ਸਾਡੀ ਜਿਹੜੀ ਫਿਊਲ ਹੈ ਉਹ ਗਲੂਕੋਜ਼ ਹੈ, ਜਦੋਂ ਗਲੂਕੋਜ਼ ਸਾਨੂੰ ਨਹੀਂ ਮਿਲਦਾ ਫਿਰ ਸਾਡੀ ਫੈਟ ਯੂਜ਼ ਹੁੰਦੀ ਆ, ਜਦੋਂ ਫੈਟ ਵੀ ਨਹੀਂ ਅੰਦਰ ਜਾਂਦੀ ਸੈੱਲਾਂ ਦੇ ਵਿੱਚ ਤੇ ਫਿਰ ਸਾਡੇ ਮਸਲਸ ਜਿਹੜੇ ਹੈਗੇ ਆ ਉਹ એનર્ਜੀ ਲਈ ਯੂਜ਼ ਹੁੰਦੇ ਹੈਗੇ ਆ ਮਸਲ ਟਿਸ਼ੂਜ਼, ਉਹਦੇ ਨਾਲ ਫਿਰ ਜਿਹੜਾ ਸਾਡਾ ਵਜ਼ਨ ਹੈਗਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਫਿਰ ਕੰਟੀਨਿਊਸਲੀ ਫਟੀਗ ਜਿਹੜੀ ਹੈ ਉਹ ਸਾਡਾ ਜਿਹੜੇ ਮਤਲਬ ਫਟੀਗ ਰਹਿੰਦੀ ਹੈਗੀ ਆ, ਕਿਉਂਕਿ ਅਸੀਂ ਲਗਾਤਾਰ ਮਹਿਸੂਸ ਕਰਦੇ ਹਾਂ ਜਿਸ ਤਰ੍ਹਾਂ ਥਕਾਵਟ ਹੁੰਦੀ ਰਹਿੰਦੀ ਹੈਗੀ ਆ ਤੇ ਬਹੁਤ ਜ਼ਿਆਦਾ ਅਨਯੂਜ਼ਲੀ ਟਾਇਰਡ ਮਹਿਸੂਸ ਕਰਦੇ ਹੈਗੇ ਆ, ਤੇ ਉਹਦੇ ਨਾਲ ਕੀ ਹੁੰਦਾ ਆ ਕਿ ਈਵਨ ਜਦੋਂ ਅਸੀਂ
ਰੈਸਟ ਦੇ ਵਿੱਚ ਵੀ ਹੁੰਦੇ ਹਾਂ, ਬੇਸ਼ੱਕ ਕੋਈ ਕੰਮ ਨਹੀਂ ਵੀ ਕਰਦੇ ਤਾਂ ਵੀ ਸਾਨੂੰ ਮਤਲਬ ਥਕਾਵਟ ਮਹਿਸੂਸ ਹੁੰਦੀ ਹੈਗੀ ਆ, ਕਿਉਂਕਿ ਜਿਹੜਾ ਗਲੂਕੋਜ਼ ਦੀ એનર્ਜੀ ਹੈਗੀ ਆ ਉਹ ਸਾਡੇ ਸੈੱਲਾਂ ਤੱਕ ਨਹੀਂ ਪਹੁੰਚਦੀ, ਔਰ ਸਾਡੇ ਸੈੱਲ ਜਿਹੜਾ ਆ ਹਮੇਸ਼ਾ ਹੀ ਵਾਂਝੇ ਰਹਿੰਦੇ ਹੈਗੇ ਆ ਗਲੂਕੋਜ਼। ਫਿਰ ਕਈਆਂ ਮਰੀਜ਼ਾਂ ਦੇ ਵਿੱਚ ਜਿਹੜਾ ਉਹਨਾਂ ਦਾ ਨਿਗਾਹ ਹੈਗੀ ਆ ਉਹਦੇ ਵਿੱਚ ਵੀ ਬਲਰੀਡ ਵਿਜ਼ਨ ਹੋ ਜਾਂਦਾ, ਜਿੱਦਾਂ ਧੁੰਦਲਾਪਨ ਉਹਨਾਂ ਨੂੰ ਦੇਖਣ ਦੇ ਵਿੱਚ ਆਉਂਦਾ ਹੈਗਾ ਆ, ਕਿਉਂਕਿ ਜਿਹੜਾ ਉਹਨਾਂ ਦਾ ਲੈਂਜ਼ ਹੈਗਾ ਆ ਬਲੱਡ ਸ਼ੂਗਰ ਦੇ ਵਧਣ ਕਰਕੇ ਉਹ ਧੁੰਦਲਾ ਹੋ ਜਾਂਦਾ ਹੈ, ਉਹਦੇ ਵਿੱਚ ਚੇਂਜਸ ਆ ਜਾਂਦੀਆਂ ਹੈਗੀਆਂ ਆ। ਉਹ ਇਹ ਵੀ ਸਿੰਪਟਮਸ ਜਿਹੜੇ ਹੈਗੇ ਆ ਆਉਂਦੇ ਜਾਂਦੇ ਰਹਿੰਦੇ ਆ, ਜਿੱਦਾਂ ਜਿੱਦਾਂ ਬਲੱਡ ਸ਼ੂਗਰ ਵੱਧਦਾ ਆ ਉਹਨਾਂ ਦਾ ਧੁੰਦਲਾਪਨ ਜ਼ਿਆਦਾ ਹੋ ਜਾਂਦਾ ਆ, ਜਦੋਂ ਬਲੱਡ ਸ਼ੂਗਰ ਘੱਟਦਾ ਆ ਤਾਂ ਧੁੰਦਲਾਪਨ ਉਹਨਾਂ ਦਾ ਘੱਟ ਹੋ ਜਾਂਦਾ ਹੈ, ਇਸ ਤਰ੍ਹਾਂ ਉਹਨਾਂ ਨੂੰ ਅੱਖਾਂ ਦੇ ਵਿੱਚ ਵੀ ਇਹ ਪ੍ਰੋਬਲਮ ਮਹਿਸੂਸ ਹੁੰਦੀ ਹੈਗੀ ਆ। ਫਿਰ ਉਹਨਾਂ ਦੇ ਜਿਹੜੇ ਵੂਂਡਸ ਹੈਗੇ ਆ, ਜਦੋਂ ਕਦੀ ਕੋਈ ਸੱਟ ਲੱਗ ਜਾਂਦੀ ਹੈਗੀ ਆ, ਕੋਈ ਜ਼ਖਮ ਹੋ ਜਾਂਦਾ ਹੈਗਾ, ਉਹਨਾਂ ਨੂੰ ਹੀਲਿੰਗ ਦੇ ਵਿੱਚ ਬਹੁਤ ਪ੍ਰੋਬਲਮ ਹੁੰਦੀ ਆ, ਬਹੁਤ ਸਲੋ ਹੀਲਿੰਗ ਹੁੰਦੀ ਹੈਗੀ ਆ। ਜੇ ਕੱਟ ਕੋਈ ਲੱਗ ਜਾਏ ਜਾਂ ਕੋਈ ਬਰੂਸਿਸ ਹੋ ਜਾਣ ਜਾਂ ਫਿਰ ਕੋਈ ਇਨਫੈਕਸ਼ਨ ਹੋ ਜਾਏ ਬਾਡੀ ਦੇ ਉੱਤੇ, ਖਾਸ ਕਰਕੇ ਪੈਰਾਂ ਦੇ ਉੱਤੇ ਜਾਂ ਲੱਤਾਂ ਦੇ ਉੱਤੇ, ਉਹਨੂੰ ਹੀਲ ਹੋਣ ਦੇ ਵਿੱਚ ਬਹੁਤ ਟਾਈਮ ਲੱਗਦਾ ਹੈਗਾ ਆ। ਫਿਰ ਇਨਫੈਕਸ਼ਨਸ ਜਿਹੜੀਆਂ ਹੈਗੀਆਂ ਆ ਉਹ ਬਹੁਤ ਜ਼ਿਆਦਾ ਫ੍ਰੀਕੁਐਂਟਲੀ ਹੁੰਦੀਆਂ ਹੈਗੀਆਂ ਆ, ਹਰ ਤਰ੍ਹਾਂ ਦੀ ਇਨਫੈਕਸ਼ਨ ਜਿਹੜੀ ਆ ਉਹ ਡਾਇਬੀਟਿਕਸ ਦੇ ਵਿੱਚ ਜ਼ਿਆਦਾ ਕਾਮਨ ਹੁੰਦੀਆਂ ਹੈਗੀਆਂ ਆ। ਇਹ ਇਨਫੈਕਸ਼ਨਸ ਲਈ ਜ਼ਿਆਦਾ ਪ੍ਰੋਨ ਹੁੰਦੇ ਆ, ਖਾਸ ਕਰਕੇ ਯੂਰਨਰੀ ਟ੍ਰੈਕਟ ਜਿਹੜੇ ਸਾਡੇ ਮਸਾਨੇ ਦੀਆਂ ਬਿਮਾਰੀਆਂ ਹੈਗੀਆਂ, ਇਨਫੈਕਸ਼ਨਸ ਹੈਗੀਆਂ, ਇਹ ਸਾਡੇ ਖਾਸ ਕਰਕੇ ਲੇਡੀਜ਼ ਦੇ ਵਿੱਚ ਯੀਸਟ ਜਿਹੜੀ ਹੈਗੀ ਇਨਫੈਕਸ਼ਨ ਉਹ ਹੋ ਜਾਂਦੀ ਆ, ਜਿਹਦੇ ਵਿੱਚ ਜਿਹੜਾ ਮਤਲਬ ਪਿਸ਼ਾਬ ਦੇ ਨਾਲ ਉਹਨਾਂ ਨੂੰ ਦਹੀਂ ਵਰਗਾ ਜਿਹੜਾ ਹੈਗਾ ਆ ਮਤਲਬ ਪਾਣੀ ਪੈਣ ਦਾ ਵੀ ਹੋ ਜਾਂਦਾ ਹੈਗਾ ਆ, ਔਰ ਬਲੱਡ ਸ਼ੂਗਰ ਵਧਣ ਦੇ ਨਾਲ ਜਿਹੜਾ ਸਾਡਾ ਇਮਿਊਨ ਸਿਸਟਮ ਹੈਗਾ ਆ ਉਹ ਬਿਲਕੁਲ ਕਮਜ਼ੋਰ ਹੋ ਜਾਂਦਾ ਹੈਗਾ ਆ। ਤੇ ਕਈ ਵਾਰੀ ਪੈਰਾਂ ਹੱਥਾਂ ਦੇ ਵਿੱਚ ਕੀੜੀਆਂ ਚੱਲਣ, ਜਿੱਦਾਂ ਨੰਬਨੈਸ ਹੋ ਜਾਂਦੀ ਆ ਜਾਂ ਟਿੰਗਲਿੰਗ ਹੋ ਜਾਂਦੀ ਹੈਗੀ ਆ ਨਰਵ ਡੈਮੇਜ ਕਰਕੇ, ਨਿਊਰੋਪੈਥੀ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਉਹਦੇ ਨਾਲ ਬਰਨਿੰਗ ਸੈਂਸੇਸ਼ਨ ਜਿੱਦਾਂ ਜਲਣ ਵਾਲੀ ਤਕਲੀਫ ਹੋ ਜਾਂਦੀ ਹੈਗੀ ਆ ਉਹ ਮਹਿਸੂਸ ਹੁੰਦੀ ਆ ਹੱਥਾਂ ਦੇ ਵਿੱਚ ਤੇ ਖਾਸ ਕਰਕੇ ਪੈਰਾਂ ਦੇ ਵਿੱਚ। ਫਿਰ ਸਕਿਨ ਦੇ ਜਿਹੜੇ ਪਾਰਟਸ ਹੈਗੇ ਆ ਉਹ ਉਹਦੇ ਵਿੱਚ ਡਾਰਕਨਡ ਸਕਿਨ ਹੋ ਜਾਂਦੀ ਆ, ਜਿੱਦਾਂ ਕਿ ਸਾਡੇ ਧੌਣ ਪਿੱਛੇ ਹੈਗੇ ਆ ਜਾਂ ਐਕਸਿਲਾ ਕੱਛਾਂ ਦੇ ਵਿੱਚ ਹੈਗੇ ਆ ਸਕਿਨ ਫੋਲਡਸ ਹੈਗੇ ਆ, ਲੇਡੀਜ਼ ਦੇ ਵਿੱਚ ਬ੍ਰੈਸਟ ਦੇ ਨੀਚੇ ਹੈਗੇ ਆ ਜਿੱਥੇ ਫੋਲਡਸ ਹੈਗੇ ਆ ਉੱਥੇ ਕਾਲੀ ਸਕਿਨ ਹੋ ਜਾਂਦੀ ਆ, ਤੇ ਉਹਨੂੰ ਅਸੀਂ ਅਕੈਂਥੋਸਿਸ ਨਾਈਗਰਾ ਕਾਂਸ ਕਹਿੰਦੇ ਹੈਗੇ ਆ, ਜਿਹਦੇ ਨਾਲ ਕਿ ਇਹ ਇੱਕ ਇਨਸੂਲਿਨ ਰੈਜ਼ਿਸਟੈਂਟ ਦੀ ਰੈਜ਼ਿਸਟੈਂਸ ਦੀ ਇੱਕ ਜ਼ਿਆਦਾ ਵੱਡਾ ਸਿੰਪਟਮ ਕਿਹਾ ਜਾਂਦਾ ਹੈਗਾ ਆ। ਇਹ ਸਿੰਪਟਮਸ ਜਿਹੜੇ ਕੁਛ ਇੱਕ ਮੈਂ ਤੁਹਾਨੂੰ ਦੱਸੇ ਹੈਗੇ ਆ, ਇਹ ਸਾਰਿਆਂ ਦੇ ਵਿੱਚ ਸਾਰੇ ਸਿੰਪਟਮਸ ਨਹੀਂ ਹੁੰਦੇ, ਕਿਸੇ ਨੂੰ ਕਿੰਨੇ ਸਿੰਪਟਮਸ ਇਹਦੇ ਵਿੱਚੋਂ ਹੋ ਸਕਦੇ ਆ, ਕਿਸੇ ਨੂੰ ਕਿੰਨੇ ਸਿੰਪਟਮਸ ਹੋ ਸਕਦੇ ਹੈਗੇ ਆ, ਤੇ ਕਿਸੇ ਨੂੰ ਕੋਈ ਇੱਕ ਸਿੰਪਟਮ ਵੀ ਇੰਪੋਰਟੈਂਟ ਹੋ ਸਕਦਾ ਹੈਗਾ ਆ, ਔਰ ਜਦੋਂ ਵੀ ਇਹ ਕੋਈ ਵੀ ਸਿੰਪਟਮ ਤੁਹਾਨੂੰ ਹੋਵੇ ਤਾਂ ਤੁਸੀਂ ਕੋਈ ਆਪਣੇ ਡਾਕਟਰਸ ਨੂੰ ਜਾਂ ਆਪਣੇ ਹੈਲਥ ਕੇਅਰ ਪ੍ਰੋਫੈਸ਼ਨਲ ਨੂੰ ਉਹਦੀ ਸਲਾਹ ਲੈਣੀ ਬਹੁਤ ਜ਼ਰੂਰੀ ਬਣਦੀ ਹੈਗੀ ਆ, ਕਿਉਂਕਿ ਜਿਹੜੀ ਅਰਲੀ ਡਿਟੈਕਸ਼ਨ ਹੈਗੀ ਆ ਉਹ ਤੁਹਾਡੀ ਬਿਮਾਰੀ ਨੂੰ ਕੰਟਰੋਲ ਕਰਨ ਦੇ ਲਈ
ਤੇ ਕੰਪਲੀਕੇਸ਼ਨਾਂ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਸਹਾਈ ਹੁੰਦੀ ਹੈਗੀ ਆ, ਤੇ ਜਿਹੜੇ ਲੌਂਗ ਟਰਮ ਆਊਟਕਮਸ ਹੈਗੇ ਆ ਉਹ ਜ਼ਿਆਦਾ ਬਿਹਤਰ ਹੁੰਦੇ ਆ, ਇਨਸਟੈਡ ਆਫ ਕਿ ਤੁਸੀਂ ਇਹਨੂੰ ਇਗਨੋਰ ਕਰਦੇ ਹੋ ਔਰ ਇਹਨਾਂ ਸਿੰਪਟਮਸ ਦੇ ਉੱਤੇ ਕੋਈ ਖਿਆਲ ਨਾ ਕਰੋ। ਸੋ ਇਸ ਲਈ ਇਹ ਕੁਛ ਇੱਕ ਸਿੰਪਟਮਸ ਦੇ ਜਿਹੜੀ ਆਪਾਂ ਗੱਲ ਕੀਤੀ ਹੈਗੀ ਆ, ਉਹਨਾਂ ਵਿੱਚੋਂ ਕੋਈ ਵੀ ਸਿੰਪਟਮ ਅਗਰ ਤੁਹਾਨੂੰ ਮੇਨ ਹੈ ਤਾਂ ਉਹਦੇ ਬਾਰੇ ਆਪਣੇ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਨਾਲ ਡਿਸਕਸ ਕਰਕੇ ਉਹਦਾ ਜਿਹੜਾ ਮਤਲਬ ਇਲਾਜ ਹੈਗਾ ਆ ਉਹ ਤੁਹਾਨੂੰ ਕਰ ਲੈਣਾ ਚਾਹੀਦਾ ਹੈ। ਇਹ ਕੁਛ ਗੱਲਾਂ ਸੀ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀ, ਤੇ ਮੈਨੂੰ ਆਸ ਹੈ ਕਿ ਤੁਸੀਂ ਇਹਨਾਂ ਨੂੰ ਅਮਲ ਕਰੋਗੇ ਔਰ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਇਹਨੂੰ ਲਾਈਕ ਵੀ ਕਰ ਸਕਦੇ ਹੋ ਔਰ ਆਪਣੇ ਕਮੈਂਟਸ ਵੀ ਇਹਦੇ ਉੱਤੇ ਕਰ ਸਕਦੇ ਹੋ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ।